ਦੀ ਪਹਿਲੀ ਧੁੰਦ ਤੁਹਾਨੂੰ ਦਿਖਾ ਰਹੇ ਹਾਂ। ਇਸ ਸਮੇਂ ਧੁੰਦਾਂ ਸ਼ੁਰੂ ਹੋ ਗਈਆਂ ਤਾਂ ਕਹੀਏ ਕਿ ਸਰਦੀ ਆ ਗਈ ਔਰ ਸਰਦੀ ਦੇ ਨਾਲ ਨਾਲ ਧੁੰਦਾਂ ਦੀ ਸ਼ੁਰੂਆਤ ਵੀ ਹੋ ਗਈ ਹੈ, ਮੌਸਮ ਦੇ ਵਿੱਚ ਬਦਲਾਅ ਹੋਇਆ। ਤਾਂ ਇਸ ਸੀਜ਼ਨ ਦੀ ਪਹਿਲੀ ਧੁੰਦ ਜਿਹੜੀ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ। ਧਰਮਸਾਰ ਧੁੰਦ ਜਿਹੜੀ ਹੈ ਉਹ ਸੜਕ ਦੇ ਉੱਤੇ ਬਣਨੀ ਸ਼ੁਰੂ ਹੋ ਗਈ ਹੈ। ਰੇਲੀ ਬਾਣੀ ਦੇਖ ਰਹੇ ਹੋ ਤੁਸੀਂ, ਤਾਂ ਮੈਂ ਹਾਂ ਰਵਿੰਦਰ ਤਨੇਜਾ ਔਰ ਇਸ ਟਾਈਮ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਧੁੰਦ ਜਿਹੜੀ ਹੈ ਉਹ ਬਣਨੀ ਸ਼ੁਰੂ ਹੋ ਗਈ ਹੈ। ਤਾਂ ਜੇਕਰ ਤੁਸੀਂ ਰਾਤ ਸਮੇਂ ਸਫ਼ਰ ਕਰਦੇ ਹੋ ਜਾਂ ਫਿਰ ਤੜਕਸਾਰ ਸਫ਼ਰ ਕਰਦੇ ਹੋ ਤਾਂ ਇਸ ਚੀਜ਼ ਨੂੰ ਧਿਆਨ 'ਚ ਰੱਖੋ ਕਿ ਧੁੰਦਾਂ ਜਿਹੜੀਆਂ ਉਹ ਬਣਨੀਆਂ ਸ਼ੁਰੂ ਹੋ ਗਈਆਂ, ਧੁੰਦ ਆ ਗਈ ਹੈ। ਤਾਂ ਸਫ਼ਰ ਜਿਹੜਾ ਹੈਗਾ ਉਸ ਨੂੰ ਧਿਆਨ ਦੇ ਨਾਲ ਕੇਅਰਫੁੱਲੀ ਕੀਤਾ ਜਾਵੇ। ਤਾਂ ਤਸਵੀਰਾਂ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਦਿਖਾ ਰਹੇ ਹਾਂ ਔਰ ਟਾਈਮ ਜਿਹੜਾ ਤਕਰੀਬਨ 6 ਵੱਜ ਚੁੱਕੇ ਹੈ। ਤੜਕੇ ਦਾ 6 ਵਜੇ ਦਾ ਟਾਈਮ ਹੈ ਔਰ ਇਸ ਟਾਈਮ ਨੈਸ਼ਨਲ ਹਾਈਵੇ 'ਤੇ ਅਸੀਂ ਔਰ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਮੌਸਮ ਦੇ ਵਿੱਚ ਬਦਲਾਅ ਹੋਇਆ। ਤਾਂ ਮੌਸਮ ਦੇ ਵਿੱਚ ਜਿੱਥੇ ਬਦਲਾਅ ਹੋਇਆ ਉਸ ਦੇ ਨਾਲ ਹੀ ਧੁੰਦਾਂ ਵੀ ਸ਼ੁਰੂ ਹੋ ਗਈਆਂ। ਤਾਂ ਬਿਲਕੁਲ ਕਿਤੇ ਸਾਫ਼ ਤਾਂ ਕਿਤੇ ਫੇਰ ਦੁਬਾਰੇ ਧੁੰਦ। ਇਸ ਵਾਰ ਜ਼ਿਆਦਾ ਹੋਣਗੀਆਂ ਬਰਸਾਤਾਂ ਵਗੈਰਾ, ਲੱਗਦਾ ਪਿਆ ਧੁੰਦਾਂ, ਠੰਡ ਵਧੇਗੀ। ਸਵੇਰੇ ਸਵੇਰੇ ਜਦੋਂ ਠੰਡ ਆਉਂਦੀ ਬਹੁਤ ਹੋ ਗਈ, ਕਿਤੇ ਕਿਤੇ ਸਾਫ਼ ਵੀ ਆ ਜਾਂਦੀ ਹੈ ਸੜਕ ਵਿੱਚ ਦੀ, ਪਰ ਜ਼ਿਆਦਾਤਰ ਜਿਹੜਾ ਉਹ ਸਪੀਡ ਨਹੀਂ ਬਣ ਰਹੀ ਔਰ ਆਰਾਮ ਨਾਲ ਹੀ ਗੱਡੀ ਚਲਾਉਣੀ ਪੈ ਰਹੀ ਹੈ, ਜੋ ਕਿ ਧੁੰਦ ਬਹੁਤ ਸੰਘਣੀ ਹੋ ਜਾਂਦੀ ਹੈ ਕਿਤੇ ਕਿਤੇ। ਤਾਂ ਜੇਕਰ ਤੁਸੀਂ ਵੀ ਦੇਰ ਰਾਤ ਜਾਂ ਫਿਰ ਤੜਕਸਾਰ ਹਾਈਵੇ 'ਤੇ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਹਾਈਵੇ 'ਤੇ ਜਾਣ ਦੀ ਜੇਕਰ ਤੁਸੀਂ ਸੋਚ ਰਹੇ ਹੋ ਤਾਂ ਇਸ ਚੀਜ਼ ਨੂੰ ਧਿਆਨ 'ਚ ਰੱਖੋ ਕਿ ਹੁਣ ਮੌਸਮ ਦਾ ਤਬਦੀਲੀ ਆਈ ਹੈ, ਮੌਸਮ ਦੇ ਵਿੱਚ ਬਦਲਾਅ ਆਇਆ ਔਰ ਬਦਲਾਅ ਦੇ ਨਾਲ ਕੋਹਰੇ ਦੀ ਜਿੱਥੇ ਸ਼ੁਰੂਆਤ ਹੋਈ ਆ ਉੱਥੇ ਹੀ ਹੁਣ ਧੁੰਦਾਂ ਪੈਣੀਆਂ ਵੀ ਸ਼ੁਰੂ ਹੋ ਗਈਆਂ ਔਰ ਅੱਜ ਮੌਸਮ ਦੀ ਪਹਿਲੀ ਧੁੰਦ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ। ਕਿਤੇ ਕਿਤੇ ਘੱਟ ਤਾਂ ਜਾਂ ਫਿਰ ਕਿਤੇ ਸੰਘਣੀ ਧੁੰਦ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ। ਤਾਂ ਤੁਸੀਂ ਇਸ ਟਾਈਮ ਜੁੜੇ ਹੋ ਡੇਲੀ ਬਾਣੀ ਦੇ ਨਾਲ। ਧੰਨਵਾਦ।